ਚੰਨੋ ਵਿਖੇ ਪੈਪਸੀਕੋ ਇੰਡੀਆ ਹੋਲਡਿੰਗਜ਼ ਵਰਕਰ ਯੂਨੀਅਨ ਦੀ ਜਨਰਲ ਬਾਡੀ ਦੀ ਮੀਟਿੰਗ ਕੰਪਨੀ ਦੇ ਮੇਨ ਗੇਟ ਤੇ ਯੂਨੀਅਨ ਦੇ ਪ੍ਰਧਾਨ ਸੁਖਚੈਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਦੇ ਵਿੱਚ ਜ਼ਿਲ੍ਹਾ ਏਟਿੰਗ ਦੇ ਜਨਰਲ ਸਕੱਤਰ ਸੁਖਦੇਵ ਸ਼ਰਮਾ ਵਿਸ਼ੇਸ਼ ਤੌਰ ਤੇ ਪਹੁੰਚੇ। ਯੂਨੀਅਨ ਨੇ ਦੋਸ਼ ਲਗਾਇਆ ਕਿ ਮੈਨੇਜਮੈਂਟ ਨੇ ਕਿਰਤੀਆਂ ਦੇ ਨਾਲ ਕੀਤੇ ਸਮਝੌਤੇ ਵਿੱਚ ਸਟੇ ਆਰਡਰ ਵਾਪਸ ਲੈਣ ਦੀ ਗੱਲ ਕਬੂਲੀ ਸੀ ਕਿ ਕੱਚੀ ਕਿਰਤੀਆਂ ਨੂੰ ਬਿਨਾਂ ਬ੍ਰੇਕ ਤੋਂ ਰੈਗੂਲਰ ਕੰਮ ਤੇ ਲਿਆ ਜਾਵੇਗਾ। ਪਰ 2.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਮੈਨੇਜਮੈਂਟ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਜਦਕਿ ਵਰਕਰ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਕੰਮ ਕਰਦਾ ਆ ਰਿਹਾ ਹੈ। ਯੂਨੀਅਨ ਨੇ ਚੇਤਾਵਨੀ ਦਿੱਤੀ ਕਿ ਅਗਰ ਮੈਨੇਜਮੈਂਟ ਨੇ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਚੰਨੋ ਤੋਂ ਇਕਬਾਲ ਬਾਲੀ, ਆਜ਼ਾਦ ਟੀਵੀ ਨਿਊਜ਼। ਇਹ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਜੀ, ਪੈਪਸੀਕੋ ਵਰਕਰ ਯੂਨੀਅਨ ਰਜਿਸਟ੍ਰੇਸ਼ਨ ਨੰਬਰ 23 ਏਟਕ ਵੱਲੋਂ ਪੈਪਸੀਕੋ ਕੰਪਨੀ ਦੇ ਮੇਨ ਗੇਟ 'ਤੇ ਜਿਹੜੀ ਇਹ ਮੀਟਿੰਗ ਰੱਖੀ ਗਈ ਆ, ਇਹ ਕੰਪਨੀ ਨੇ ਵਰਕਰਾਂ ਦਾ ਜਿਹੜਾ ਜਮਹੂਰੀ ਅਧਿਕਾਰ ਆ ਗੇਟ 'ਤੇ ਗੱਲਬਾਤ ਕਰਨ ਦਾ, ਉਹ ਕਾਫੀ ਲੰਬੇ ਸਮੇਂ ਤੋਂ ਖੋਹਿਆ ਹੋਇਆ। ਗੇਟ 'ਤੇ ਸਟੇ ਆਰਡਰ ਨੇ ਕਿ ਤੁਸੀਂ ਗੇਟ 'ਤੇ ਨਹੀਂ ਇਕੱਠੇ ਹੋ ਸਕਦੇ। ਅਸੀਂ ਅੱਜ ਸਮੂਹ ਵਰਕਰਾਂ ਨੇ ਇਕੱਠੇ ਹੋ ਕੇ ਗੇਟ 'ਤੇ ਵਿਸ਼ੇਸ਼ ਮੀਟਿੰਗ ਬੁਲਾਈ ਆ ਅਤੇ ਕੰਪਨੀ ਨੂੰ ਬੇਨਤੀ ਕੀਤੀ ਆ ਕਿ ਉਹ ਸਟੇ ਨੂੰ ਵਾਪਸ ਕਰੋ ਤਾਂ ਜੋ ਵਰਕਰਾਂ ਦਾ ਜਿਹੜਾ ਗੱਲ ਕਰਨ ਦਾ ਅਧਿਕਾਰ ਆ ਗੇਟ 'ਤੇ ਉਹ ਬਹਾਲ ਹੋ ਸਕੇ। ਮੈਨੇਜਮੈਂਟ ਸੁਣ ਰਹੀ ਹੈ ਤੁਹਾਡੀ ਗੱਲ? ਮੈਨੇਜਮੈਂਟ ਗੱਲਬਾਤ ਸੁਣ ਰਹੀ ਆ। 3 ਸਾਲ ਹੋ ਗਏ ਪਰ ਸਟੇ ਆਰਡਰ ਵਾਪਸ ਨਹੀਂ ਲੈ ਰਹੇ। ਅਸੀਂ ਮੈਨੇਜਮੈਂਟ ਤੋਂ ਮੰਗ ਕਰਦੇ ਹਾਂ ਕਿ ਇਹ ਸਟੇ ਆਰਡਰ ਵਾਪਸ ਲੈ ਜਾਣ। ਦੂਜਾ, ਜਿਹੜੇ ਕੈਜੂਅਲ ਮੁੰਡੇ ਕੱਚੇ ਕਿਰਤੀ ਸਾਡੇ ਕਾਫੀ ਲੰਮੇ ਸਮੇਂ ਤੋਂ ਪਲਾਂਟ ਦੇ ਅੰਦਰ ਠੇਕੇਦਾਰਾਂ ਅਧੀਨ ਕੰਮ ਕਰਦੇ ਨੇ, ਅਸੀਂ ਮੈਨੇਜਮੈਂਟ ਨੂੰ ਬੇਨਤੀ ਕੀਤੀ ਆ ਕਿ ਉਹ ਰੈਗੂਲਰ ਬਿਨਾਂ ਬ੍ਰੇਕ ਤੋਂ ਅੰਦਰ ਕੰਮ 'ਤੇ ਲੈ ਜਾਣ। ਉਹਨਾਂ ਦੀ ਬ੍ਰੇਕ ਸਿਸਟਮ 2 ਮਹੀਨੇ ਬ੍ਰੇਕ ਪੈ ਜਾਂਦੀ ਆ, 4 ਮਹੀਨੇ ਲੱਗਦੇ ਨੇ, ਜ਼ਿੰਦਗੀ ਉਹਨਾਂ ਦੀ ਤਹਿਸ ਨਹਿਸ ਹੋਈ ਪਈ ਆ। ਉਹਨਾਂ ਨੂੰ ਕੰਮ 'ਤੇ ਲਿਆ ਜਾਵੇ, ਲਗਾਤਾਰ ਉਹਨਾਂ ਤੋਂ ਕੰਮ ਕਰਵਾਇਆ ਜਾਵੇ। ਇਹ ਸਾਡੀ ਮੈਨੇਜਮੈਂਟ ਅੱਗੇ ਦੋ ਅੱਜ ਦੀ ਮੀਟਿੰਗ ਦੀਆਂ ਏਜੰਡੇ ਨੇ। ਅੱਜ ਬੇਨਤੀ ਆ ਮੈਨੇਜਮੈਂਟ ਨੂੰ, ਸਾਡੀਆਂ ਦੋਨੋਂ ਮੰਗਾਂ ਪੂਰੀਆਂ ਕੀਤੀਆਂ ਜਾਣ। ਹਾਂਜੀ ਸਰ, ਮੈਂ ਸੁਖਦੇਵ ਸ਼ਰਮਾ, ਜਨਰਲ ਸਕੱਤਰ ਜ਼ਿਲ੍ਹਾ ਏਟਕ ਸੰਗਰੂਰ, ਸੂਬਾ ਸਕੱਤਰ ਏਟਕ ਪੰਜਾਬ। ਅੱਜ ਜਿਹੜਾ ਇੱਥੇ ਪ੍ਰੋਗਰਾਮ ਕੀਤਾ ਗਿਆ, ਇਹ 2-3 ਇਸ਼ੂਜ ਨੂੰ ਲੈ ਕੇ ਕੀਤਾ ਜਾ ਰਿਹਾ। ਭਾਰਤ ਪੱਧਰ 'ਤੇ ਜਿਹੜੇ ਇਨਕਲਾਬੀ ਸਾਥੀਆਂ ਨੂੰ ਮੋਦੀ ਸਰਕਾਰ ਵੱਲੋਂ ਇਲਜ਼ਾਮ ਲਾ ਕੇ ਫੜਿਆ ਗਿਆ, ਉਹ ਬਿਲਕੁਲ ਗਲਤ ਹੈ, ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਦੂਸਰਾ, ਮੈਨੇਜਮੈਂਟ ਨਾਲ ਸਾਡੀਆਂ 2-3 ਗੱਲਾਂ ਚੱਲਦੀਆਂ, ਇਹਨਾਂ 'ਚ ਅਸੀਂ ਮੈਨੇਜਮੈਂਟ ਨੂੰ ਕਹਿਣਾ ਚਾਹੁੰਦੇ ਹਾਂ ਕਿ ਮੈਨੇਜਮੈਂਟ ਇਹਨਾਂ ਗੱਲਾਂ ਨੂੰ ਪੂਰੀਆਂ ਕਰੇ ਜਿਹੜੀਆਂ ਐਗਰੀਮੈਂਟ ਦਾ ਹਿੱਸਾ ਸੀ। ਜਵਾਨੀ ਹੋਈਆਂ ਨਹੀਂ ਲਿਖਤੀਆਂ, ਉਹਦੇ 'ਤੇ ਅਸੀਂ ਵਾਰ ਵਾਰ ਆਪਣਾ ਜ਼ੋਰ ਦੇਣ ਲਈ ਇੱਥੇ ਇਕੱਠੇ ਹੋਏ। ਅਸੀਂ ਅੱਜ ਦੇ ਹਾਲਤਾਂ, ਕਿਉਂਕਿ ਸਰਕਾਰ ਹੈ ਜਿਹੜੀ ਉਹ ਕਾਰਪੋਰੇਟ ਸੈਕਟਰ ਦੀ ਹੈ, ਕਿਰਤੀ ਜਮਾਤ ਨਾਲ ਧੱਕਾ ਹੋ ਰਿਹਾ, ਬੇਰੁਜ਼ਗਾਰੀ ਵੱਧ ਰਹੀ ਹੈ। ਮੰਨ ਰਹੇ ਨੇ ਤੁਹਾਡੀਆਂ ਗੱਲਾਂ ਹੁਣ ਮੈਨੇਜਮੈਂਟ? ਮੈਨੇਜਮੈਂਟ ਨਾਲ ਗੱਲ ਹੋਈ ਹੈ, ਉਹ ਕਹਿ ਰਹੇ ਨੇ ਕਿ ਇਹ ਗੱਲਾਂ ਪੂਰੀਆਂ ਹੋਣਗੀਆਂ, ਅਤੇ ਗੱਲ ਉਹਨਾਂ ਨੇ ਹਰ ਥਾਂ ਮੰਨੀ ਹੈ, ਅਤੇ ਜੇ ਨਹੀਂ ਮੰਨਣਗੇ ਤਾਂ ਫਿਰ ਇਹ ਸੰਘਰਸ਼ ਦਾ ਰਾਹ ਹੈ।